ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਨਵ ਜੀ ਦੇਸ਼ ਤੋਂ ਨਹੀਂ ਦੇ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਜੱਥੇਪਨ ਸਭ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੇ ਜੀ ਸਤਿ ਸ੍ਰੀ ਅਕਾਲ ਪਰ ਸਭ ਬਹੁਤ ਸਾਰੀਆਂ ਖਬਰਾਂ ਜਿਸ ਤੇ ਚਰਚਾ ਕਰਨੀ ਹੈ ਪਰ ਸ਼ੁਰੂਆਤ ਨਸ਼ੇ ਤੋਂ ਕਰਦੇ ਆ ਪੰਜਾਬ ਦੇ ਵਿੱਚ ਨਸ਼ਾ ਵਧਦਾ ਜਾ ਰਿਹਾ ਹੈ ਪਹਿਲਾਂ ਦੀਆਂ ਸਰਕਾਰਾਂ ਤੇ ਵੀ ਦੋਸ਼ ਲੱਗਾ ਸੀ ਹੁਣ ਵੀ ਘਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਲਈ ਟਾਸਕ ਫੋਰਸ ਬਣਾਉਣ ਜਾ ਰਹੀ ਹੈ ਜੀ ਕੀ ਲੱਗਦਾ ਪਿਆ ਕਿ ਹੌਣ ਵਾਲੇ ਸਮੇਂ ਚ ਠੱਲ ਪੈ ਸਕਦੀ ਆ ਮੇਰੇ ਖਿਆਲ ਆ ਪੰਜਾਬ ਸਰਕਾਰ ਦੀ ਨੀਤੀ ਦਾ ਸ਼ੱਕ ਮੈਨੂੰ ਨਹੀਂ ਕਰਨਾ ਚਾਹੀਦਾ ਜੀ ਪਿਛਲੀਆਂ ਸਰਕਾਰਾਂ ਦੀ ਨੀਤ ਤੇ ਵੀ ਮੈਨੂੰ ਸ਼ੱਕ ਹੁੰਦਾ ਸੀ ਪਰ ਇੱਕ ਗੱਲ ਹੈਗਾ ਨੀਤੀਆਂ ਤੇ ਮੈਨੂੰ ਕਈ ਵਾਰੀ ਇਸ ਤਰ੍ਹਾਂ ਦਾ ਸ਼ੱਕ ਹੁੰਦਾ ਪਈ ਇਹ ਕਾਮਯਾਬ ਹੋਣਗੀਆਂ ਕਿੰਨੇ ਉਹਦਾ ਕਾਰਨ ਹੈ ਕਿ ਸਭ ਤੋਂ ਪਹਿਲੀ ਗੱਲ ਕੀੜੇ ਮਾਰਨ ਵਾਲੀ ਦਵਾਈ ਚ ਕੀੜੇ ਪਏ ਜੀ ਸਾਡੀ ਪੁਲਿਸ ਫੋਰਸ ਦੇ ਵਿੱਚ ਬਲੌ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਕੋਈ ਵੀ ਸਕੀਮ ਕੋਈ ਵੀ ਜਿਹੜੀ ਨੀਤੀ ਉਹ ਸਿਰੇ ਨਹੀਂ ਚੜਨ ਦਿੰਦੀਆਂ ਇਹਨਾਂ ਚ ਵੱਡੇ ਵੱਡੇ ਅਫਸਰ ਇਹੋ ਜਿਹਨਾਂ ਨੂੰ ਕੋਈ ਸ਼ਰਮ ਨਹੀਂ ਤੇ ਇਸ ਗੰਦੇਤਨ ਦੇ ਨਾਲ ਜੁੜੇ ਹੋਏ ਆ ਕੁਝ ਲੋਕਾਂ ਤੇ ਕੇਸ ਵੀ ਬਣੇ ਜਦੋਂ ਵੱਡੇ ਦੇ ਚ ਜੁੜੇ ਹੋਏ ਆ ਤੇ ਥੱਲੇ ਥਾਣੇ ਚੌਕੀਆਂ ਵਾਲੇ ਵੀ ਜੁੜੇ ਆ ਜੀ ਉਹਨਾਂ ਚ ਵੀ ਇਹ ਕੰਮ ਬਹੁਤ ਚੱਲਦਾ ਦੂਸਰਾ ਇਹ ਕਿ ਸਮਾਂ ਬਹੁਤ ਬਦਲ ਗਿਆ ਪਹਿਲਾਂ ਅਸੀਂ ਕ腐ਪਟ ਦੀ ਚਰਚਾ ਕਰਦੇ ਸੀ ਲੋਕੇ ਸਾਡੇ ਨਾਲ ਖਲੋਂਦੇ ਸੀ ਫਿਰ ਲੋਕੇ ਉਹ ਚਰਚਾ ਜਲਦੀ ਸੀ ਸਿਰਫ ਸੁਣਦੇ ਸੀ ਨਾਲ ਨਹੀਂ ਸੀ ਬੋਲਦੇ ਅੱਜ ਕੱਲੇ ਕਿਸੇ ਤੁਸੀਂ ਕਿਸੇ ਦੇ ਕੋਲ ਭ੍ਰਿਸ਼ਟਾਚਾਰ ਦੀ ਕ腐ਸ਼ਨ ਦੀ ਨਸ਼ਿਆਂ ਦੀ ਗੱਲ ਕਰੋ ਮੈਨੂੰ ਬਹੁਤ ਸਾਰੇ ਇਹੋ ਜਿਹੇ ਅਫਸਰ ਤੇ ਆਗੂ ਮਿਲੇ ਜਿਹੜੇ ਕਹਿੰਦੇ ਛੱਡੋ ਭਾਜੀ ਅਸੀਂ ਕਿਹੜੇ ਦੁੱਧ ਤੋਤੇ ਕੰਨੂ ਕਿਸ ਦੀ ਗੱਲ ਕਰਨੀ ਆ ਜਦੋਂ ਆਪ ਹੀ ਬੜੀ ਬੇਸ਼ਰਮੀ ਨਾਲ ਕਹਿੰਦੇ ਆ ਅਸੀਂ ਕਿਹੜੇ ਦੁੱਧ ਤੋਤੇ ਆ ਤੇ ਫਿਰ ਉਹਨਾਂ ਤੋਂ ਆਸ ਅਸੀਂ ਕੀ ਰੱਖ ਸਕਦੇ ਆ ਕਿ ਉਹ ਰਾਜ ਦਰਬਾਰ 'ਚ ਬਹਿ ਕੇ ਭਵੇਂ ਸਿਆਸੀ ਆਗੂ ਹੋਣ ਪਾਵੇਂ ਸਿਆਸੀ ਆਗੂਆਂ ਦੀਆਂ ਬਣਾਈਆਂ ਨੀਤੀਆਂ ਨੂੰ ਲਾਗੂ ਕਰਨ ਵਾਲੇ ਹਾਂ ਜੀ ਉਹ ਤਾਂ ਵਾਸਤੇ ਇੱਕ ਜੱਸ ਇਹ ਹਾਲਤ ਉੱਪਰ ਤੱਕ ਪਹੁੰਚੀ ਪਈ ਦੂਸਰਾ ਪੱਖ ਇਹ ਹੈ ਕਿ ਪਹਿਲਾਂ ਜਦੋਂ ਅਸੀਂ ਅਜੇ ਮੋਸੇਫਟ ਦੀ ਉਮਰ ਦਾ ਪੰਜਾਬ ਵਿੱਚ ਦੋ ਤਿੰਨ ਨਸ਼ੇ ਹੁੰਦੇ ਸੀ ਫੇਮ ਹੁੰਦੇ ਸੀ ਪੰਗ ਸੀ ਜਿਹਨੂੰ ਕੁਝ ਲੋਕ ਸੁੱਖਾ ਕਹਿੰਦੇ ਸੀ ਸ਼ਰਾਬ ਹੁੰਦੀ ਸੀ ਹੋਰ ਕੋਈ ਟਿਕਾਸ਼ ਕਰਨੇ ਸਿੱਛਣੇ ਵਾਤੋ ਵਾਦਿਆ ਕਹਿੰਦੇ ਸੀ ਕਾਲਜ ਦੇ ਲੜਕੇ ਖੰਗ ਵਾਲੀ ਦਵਾਈ ਕਿਉਂਕਿ ਉਹ ਚ ਅਲਕੋਹਲ ਹੁੰਦੀ ਥੋੜੀ ਜੀ ਉਹ ਚੋਰੀ ਛੱਪੇ ਪੀਂਦੇ ਐ ਤੇ ਉਹਨਾਂ ਨਸ਼ਾ ਕਰਦੇ ਮੁੜ ਕੇ ਅੱਜਕੱਲ ਇਹਨੇ ਕਿਸਮ ਦੇ ਨਸ਼ੇ ਆ ਗਏ ਇੱਕ ਦਿਨ ਮੈਂ ਲਾਈਟ ਮੂਡ ਦੀਆਂ ਖ਼ਬਰਾਂ ਪੜ੍ਹਦਾ ਪਿਆ ਹਾਂ ਤੇ ਉਹਦੇ ਵਿੱਚ ਕਿਸੇ ਨੇ ਇੱਕ ਜੋਕ ਲਿਖਿਆ ਸੀ ਕਿ ਪ੍ਰੋਫੈਸਰ ਨੇ ਕਲਾਸ ਵਿੱਚ ਨਸ਼ਿਆਂ ਬਾਰੇ ਲੈਕਚਰ ਦਿੱਤਾ ਅਬ ਇਹ ਅਬ ਇਹ ਅਬ ਇਹ ਨੇ ਸਰੇ ਗਣਾ ਜਦੋਂ ਉਹਨੇ ਸਰਲ ਲੈਕਚਰ ਕਰਕੇ ਤੇ ਅਖਾ ਕਾਕਾ ਕੋਈ ਸਵਾਲ ਸਿਰਫ ਇੱਕ ਬੱਚਾ ਬੋਲਿਆ ਉਹਨੇ ਅਖਾ ਜੀ ਸਵਾਲ ਦੀ ਲੋੜ ਹੀ ਕੋਈ ਨਹੀਂ ਅਸੀਂ ਤਾਂ ਤੁਹਾਡੇ ਧੰਨਵਾਦੀ ਆ ਕਿ ਅਸੀਂ ਤੇ ਹੁਣ ਤੱਕ ਆ ਚਾਰ ਪੰਜ ਨਸ਼ਿਆਂ ਤੱਕ ਸੀਮਤ ਸੀ ਤੁਸੀਂ ਸਾਨੂੰ ਸੱਤ ਅੱਠ ਵੈਰਾਈਟੀਆਂ ਹੋਰ ਕਹਿ ਦੱਸ ਦਿੱਤੀਆਂ ਨੇ ਹੁਣ ਇਹ ਵੀ ਟੈਸਟ ਕਰਕੇ ਵੇਖਾਂਗੇ ਜਿਨੇ ਜੋਕ ਬਣਾਇਆ ਉਹਨੇ ਘਟ ਗਿਆ ਜੋਕ ਬਣਾਇਆ ਪਰ ਘਟ ਗਿਆ ਪੁਣਾ ਉਹਦੇ ਨਾਲੋਂ ਵੇ ਜਿਆਦਾ ਸਾਡੇ ਸਮਾਜ ਦਾ ਜਿੱਥੇ ਇਹੋ ਜਿਹੇ ਜੋਕ ਬਣਨ ਲੱਗ ਪਏ ਨੇ ਇਹੋ ਜਿਹੇ ਚੁਟਕਲੇ ਬਣਨ ਲੱਗ ਪਏ ਨੇ ਚੁਟਕਲੇ ਉਦੋਂ ਬਣਦੇ ਆ ਜਦੋਂ ਹਕੀਕਤਾਂ ਉਹੋ ਜਿਹੀਆਂ ਹੁੰਦੀਆਂ ਅਸੀਂ ਇਹ ਵੇਖਦੇ ਪਏ ਸਾਂ ਪਹਿਲਾਂ ਪੰਜਾਬ 'ਚ ਜਵਾਨੀ ਇਸ ਪਸਤ ਤਰੀਸੀ ਫਿਰ ਵੇਖਿਆ ਕਿ ਪੰਜਾਬ ਦੇ ਮੁੰਡੇ ਪੰਜਾਬ ਬਣਾ ਨਾਲ ਯੂਪੀ ਮੱਧ ਪ੍ਰਦੇਸ਼ ਬਿਹਾਰ ਤੇ ਮੁੰਡੇ ਉਹ ਜੁਰਦੇ ਸੀ ਦੂਸਰੇ ਰਾਜਾਂ ਜਾ ਕੇ ਫੜੇ ਜਾਂਦੇ ਸੀ ਕੱਲ ਇੰਗਲੈਂਡ ਤੋਂ ਖਬਰ ਆਈ ਹੈ ਕਿ ਉੱਥੇ ਇੱਕ ਅਦਾਲਤ ਨੇ ਨਸ਼ੇ ਦੇ ਕੁਝ ਸਮਗਲਰਾਂ ਨੂੰ ਸਜ਼ਾ ਦਿੱਤੀ ਹੈ ਜਿਹੜੇ ਫ੍ਰੀਜ਼ ਚਿਕਨ ਜਿਹੜਾ ਜਿਹੜਾ ਫ੍ਰਿਜ ਵਿੱਚ ਲਾਇਆ ਠੰਡਾ ਚਿਕਨ ਉਹ ਅੱਡੜ ਦੁਕਾਨਾਂ ਤੇ ਸਪਲਾਈ ਕਰਦੇ ਸੀ ਪਰ ਉਸ ਫ੍ਰੀਜ਼ ਕੀਤੇ ਚਿਕਨ ਦੇ ਵਿਚਾਲੇ ਨਸ਼ੇ ਦੀਆਂ ਕੁੜੀਆਂ ਸਪਲਾਈ ਕਰਦੇ ਸੀ ਉਹ ਕੇਸ ਚੱਲਦਾ ਰਿਹਾ ਚੱਲਦਾ ਰਿਹਾ ਤੇ ਅਦਾਲਤ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਉਹਨਾਂ 'ਚ ਦੋ ਸਾਡੇ ਪੰਜਾਬੀ ਮੁੰਡੇ ਜੀ ਇਹ ਪੰਜਾਬੀ ਮੁੰਡੇ ਬਾਹਰ ਵੀ ਆਪੋਤ ਕਰਨ ਰਹਿ ਇਹ ਕੰਮ ਜਿੱਥੋਂ ਤੱਕ ਪਹੁੰਚ ਗਿਆ ਉਹਦੇ 'ਚ ਹੁਣ ਇਹ ਲੋੜ ਇਹਨਾਂ ਨੇ ਅਜ ਇੱਕ ਐਂਟੀ ਡਰੱਗ ਟਾਸਕ ਫੋਰਸ ਬਣਾਈ ਤੀ ਚੰਗਾ ਬਣਾ ਲਓ ਕੋਹ ਹੋਰ ਬਣਾਉਣੀ ਬਣਾ ਲਓ ਅੱਜ ਕੱਲ ਟਾਸਕ ਫੋਰਸਾਂ ਬਹੁਤ ਬਣਦੀਆਂ ਡਾਕਟਰਾਂ ਦੀ ਰੱਖ ਲਈ ਟਾਸਕ ਫੋਰਸ ਸਰਕਸ ਰੱਖਿਆ ਦੀ ਟਾਸਕ ਫੋਰਸ ਬੱਚਿਆਂ ਦੀ ਸੁਰੱਖਿਆ ਦੀ ਟਾਸਕ ਫੋਰਸ ਜਿਹੜੇ ਨਤੀਜੇ ਅਸੀਂ ਚਾਹੁੰਦੇ ਆ ਉਹ ਨਹੀਂ ਮਿਲਦੇ ਨਤੀਜੇ ਚਾਹੀਦੇ ਆ ਤੇ ਉਹ ਤੁਹਾਨੂੰ ਗਰਾਉਂਡ ਲੈਵਲ ਤੇ ਚੌਂਕੀਆਂ ਥਾੜਿਆਂ ਤੋਂ ਕੰਮ ਸ਼ੁਰੂ ਕਰਨਾ ਪਊ ਜੀ ਅੱਜ ਜਿਹੜੇ ਮੋਬਾਈਲ ਖੋਂਦੇ ਆ ਕਾਦੇ ਲਿਖੋਂਦੇ ਆ ਨਸ਼ੇ ਦਾ ਖਰਚਾ ਪੂਰਾ ਕਰਨ ਲਈ ਇਹ ਵੇਚਦੇ ਕਿੱਥੇ ਆ ਜਿਹੜੇ ਕਬਾੜੀਆਂ ਨੂੰ ਵੇਚਦੇ ਉਹਨਾਂ ਕਬਾੜੀਆਂ ਤੇ ਸਖਤੀ ਕਰ ਦਿਓ ਇਹਨਾਂ ਤੇ ਸਖਤੀ ਕਰ ਦਿਓ ਜਿਹੜੇ ਕਬਾੜੀਆਂ ਤੇ ਹਜੇ ਸਸਤੇ ਫੋਨ ਲਿੰਦੇ ਸਖਤੀ ਕਰ ਦਿਓ ਇਹਨਾ ਖੋਣ ਨਾ ਵੇਚਣ ਇਹਨਾਂ ਕੋਲ ਡਰਗ ਵਾਸਤੇ ਪੈਸੇ ਨਾ ਜਾਣ ਪੁੜੀਆਂ ਵਾਲਿਆਂ ਨੂੰ ਤੁਸੀਂ ਫੜਦੇ ਹੋ ਥੈਲੀਆਂ ਵਾਲਿਆਂ ਨੂੰ ਛੱਡ ਦਿੰਦੇ ਹੋ ਜਿੱਕਦੇ ਥੈਲੀ ਵਾਲਾ ਫੜਿਆ ਜਾਂਦਾ ਤੇ ਗੁੱਥੈਲੀਆਂ ਨਾਲ ਵਾਲਿਆਂ ਨੂੰ ਬੋਰੀਆਂ ਪਹਚਾਉਣ ਬੜੇ ਜੜਿਆ ਵੱਡਾ ਪੈਕੇਜ ਦੇਣ ਵਾਲੇ ਉਹ ਫਿਰ ਨਹੀਂ ਫੜੇ ਜਾਂਦੇ ਜੀ ਕਦੇ ਕਦਾਈ ਕੋਈ ਇੱਕ ਫੜਿਆ ਜਾਂਦਾ ਮੈਨੂੰ ਬਾਰਡਰ ਦੇ ਪਿੰਡਾਂ ਦਾ ਪਤਾ ਉੱਥੇ ਜਿਹੜੇ ਪਾਂਡੀ ਬਾਰਡਰ ਟੱਪ ਦੇ ਪਾਕਿਸਤਾਨ ਨੂੰ ਸਮਗਲਿੰਗ ਵਾਸਤੇ ਸਮਗਲਰ ਆਪ ਉਹਨਾਂ ਨੂੰ ਟਪਾਉਂਦੇ ਤੇ ਬੀਐਸਐਫ ਨਾਲ ਰਲ ਕੇ 2-3 ਮਹੀਨਿਆਂ ਬਾਅਦ ਉਹਨਾਂ ਚ ਇੱਕ ਮਰਵਾ ਦਿੰਦੇ ਆ ਤੇ ਪਹਿਲੇ ਤੈ ਕੀਤਾ ਹੁੰਦਾ ਕਿ ਅੱਜ ਚਾਨਣੀ ਰਾਤ ਨੂੰ ਸਾਡੇ 9 ਬੰਦੇ ਆਉਣਗੇ। ਉਹਨਾਂ ਚੋਂ ਅਗਲੇ 2 ਵੀ ਛੱਡ ਦਿਓ। ਪਿਛਲੇ 6 ਵੀ ਛੱਡ ਦਿਓ। ਤੀਜੇ ਨੰਬਰ ਵਾਲੇ ਨੂੰ ਮਾਰ ਦਿਓ, ਬਾਕੀਆਂ ਨੂੰ ਭੱਜਣ ਦਿਓ। ਇੱਕ ਮਾਰਿਆ ਗਿਆ, ਬਾਕੀ ਭੱਜ ਗਏ। ਜਿਹੜਾ ਪਜਾਦਾ ਭੇਤੀ ਹੋ ਜਾਂਦਾ ਉਹਨੂੰ ਆਪ ਮਰਵਾਉਂਦੇ ਆ। ਇੱਥੇ ਵੀ ਜਿਹੜਾ ਕਦੇ-ਕਦੇ ਹੀ ਫੜਿਆ ਜਾਂਦਾ ਬਹੁਤੀ ਵਾਰੀ ਉਹ ਫੋਰਸਾਂ ਫੜਦੀਆਂ ਨਹੀਂ। ਜਿਨ੍ਹਾਂ ਦੇ ਕਰਿੰਦੇ ਆ ਜਿਹੜਾ ਜ਼ਿਆਦਾ ਭੇਤੀ ਹੋ ਜਾਂਦਾ ਉਹਨੂੰ ਇੱਕਦ ਦਿਨ ਨੂੰ ਗਲੋਂ ਲਾਉਣ ਵਾਸਤੇ ਨਾਲ ਜਿਹੜਾ ਇਲਾਕੇ ਦਾ ਕੋ ਵੱਡਾ ਪੁਲਿਸ ਅਫਸਰ ਹੁੰਦਾ ਉਹਦੇ ਨੰਬਰ ਬਣਾਉਣ ਵਾਸਤੇ ਆਪ ਟਿਪ ਦਿੰਦੇ ਇਹ ਗੱਲ ਪੁਲਿਸ ਦੇ ਅਫਸਰ ਗੱਲਾਂ ਕਰਦੇ ਆ ਅਸੀਂ ਨਹੀਂ ਕਹਿੰਦੇ ਪਏ ਐਂਟੀ ਡਰੱਗ ਦੇ ਟਾਸਕ ਫੋਰਸ ਬਣਾਈਆਂ ਇਹਦੇ ਉੱਤੇ ਨਜ਼ਰ ਰੱਖਣੀ ਪੈਣੀ ਆ ਨਹੀਂ ਤੇ ਮੈਂ ਫੇਰ ਪਾਉਂਗਾ ਮੈਂ ਫੇਰ ਕਿਹਨਾ ਕੀੜੇ ਮਾਰਨ ਵਾਲੇ ਦਵਾਈ ਚਾਜਕਲ ਕੀੜੇ ਪੈਂਦੇ ਆ देर ਨਹੀਂ ਲੱਗਦੀ ਜੀ ਪਰ ਸਭ ਅੱਗੇ ਵੱਧਦੇ ਆ ਗੱਲ ਕਰਦੇ ਆ ਨਿਰਮਲ ਸਿੰਘ ਪੰਗੂ ਦੀ ਪਾਰਲਸ ਗਰੁੱਪ ਦੀ ਕੰਪਨੀ ਖੜੀ ਕੀਤੀ ਸੀ ਬਹੁਤ ਸਾਰੇ ਪੰਜਾਬ ਤੇ ਭਾਰਤ ਦੇ ਲੋਕ 5.5 ਕਰੋੜ ਤੋਂ ਵੱਧ ਲੋਕ ਜਿਨ੍ਹਾਂ ਨਾਲ ਧੋਖਾ ਹੋਇਆ ਠਗੀ ਮਾਰ ਕੇ ਪੈਸਾ ਕਮਾਇਆ ਗਿਆ ਸੀ ਉਹਦੀ ਮੌਤ ਹੋ ਗਈ ਜਿਲ੍ਹ ਵਿੱਚ ਕਹਿੰਦੇ ਕੀ ਪੂਰੀ ਖਬਰ ਹੈ ਕਿਸ ਤਰ੍ਹਾਂ ਮੌਤ ਹੋਈ ਉਹ ਕਹਦਾ ਮਰਿਆ ਜਿਨ੍ਹਾਂ ਦਾ ਪੈਸਾ ਲੱਗਾ ਉਹ ਸਾਰੇ ਮਰ ਜਣ ਔਰ ਜੀ ਉਹ ਤਾਂ ਕੱਲ ਦੇ ਉਹਨਾਂ ਦੇ ਘਰਾਂ 'ਚ ਪਿੱਟਨੇ ਪਏ ਹੋਣਗੇ ਅੱਗੇ ਤਾਂ ਮਾੜੀ ਮੋਟੀ ਝਾਕ ਸੀ ਅਕਾਲੀਆਂ ਨੇ ਆਖਿਆ ਸੀ ਪੈਸੇ ਦਿਵਾ ਦੇਾਂਗੇ ਦੁਆਏ ਭਮਨੀ ਝਾਕਤਾ ਕਿਸੇ ਬੰਦਾ ਫੜਿਆ ਕਾਂਗਰਸੀਆਂ ਆਖਿਆ ਪੈਸੇ ਦਵਾ ਦੇਾਂਗੇ ਦਵਾਈ ਭਵੇਂ ਨਹੀਂ ਚਾਗਤਾਂ ਕਿਸੇ ਬੰਦਾ ਫੜਿਆ ਇਹੋ ਝਾਕ ਆਮ ਆਦਮੀ ਪਾਰਟੀ ਦੇ ਵੇਲੇ ਸੀ 2.5 ਸਾਲ ਲੰਘੇ ਚਲੋ ਝਾਕ ਦੇ ਆਸਤੇ ਦਿਨ ਤਾਂ ਕੱਟੀ ਜਾਂਦੇ ਸੀ ਉਹੋ ਬੰਦੇ ਵਰਗੇ ਉਹਦੇ ਉੱਤੇ ਪਹਿਲਾਂ ਕਹਿੰਦੇ ਸੀ 20-22 ਹਜ਼ਾਰ ਕਰੋੜ ਫਿਰ ਕਹਿੰਦੇ 40 ਹਜ਼ਾਰ ਫਿਰ 80 ਹਜ਼ਾਰ ਕਰੋੜ ਹੁਣ ਕਹਿੰਦੇ 1 ਲੱਖ ਕਰੋੜ ਰੁਪਈਆ ਤੱਕ ਉਹਨੇ ਲੋਕਾਂ ਨੂੰ ਠੱਗੀਆਂ ਮਾਰੀਆਂ ਐਵੇਂ ਸਾਡੇ ਸਮਾਜ ਚੱਕ ਜਾਂਦੇ ਮਰਗ ਨੂੰ ਬੁਰਾ ਨਹੀਂ ਆਖੀ ਕਿਉਂ ਨਹੀਂ ਆਖੀਦਾ ਅ ਇੱਥੇ ਰੋਪੜ ਜ਼ਿਲ੍ਹੇ ਦੇ ਅਟਾਰੀ ਪਿੰਡ ਛੋਟੇ ਜਿਹੇ ਤੋਂ ਤੁਰਿਆ ਲੋਕਾਂ ਤੋਂ ਮੱਝਾਂ ਚਵਾ ਕੇ ਚੌੜੇ ਕੈਰੀਰ ਵਾਲੇ ਸਾਈਕਲ ਤੇ ਦੌੜੇ ਰੱਖ ਕੇ ਤੇ ਵੱਡਾ ਜਿਹੜਾ ਚੌੜਾ ਸਟੈਂਡ ਹੈ ਉਹ ਸਾਈਕਲ ਨੂੰ ਲਾ ਕੇ ਤੇ ਦੁੱਧ ਘਰ-ਘਰ ਸਪਲਾਈ ਕਰਦਾ ਉੱਥੋਂ ਤੁਰਿਆ ਮੁੜ ਕੇ ਇਹਨੇ ਕੁਸੂਤ ਵੇਚ ਕੇ ਤੇ ਕਮਾਈ ਨਹੀਂ ਕੀਤੀ ਲੋਕਾਂ ਨੂੰ ਠੱਗ ਠੱਗ ਕੇ ਇੱਥੋਂ ਤੱਕ ਪਹੁੰਚ ਗਿਆ ਜ਼ਿਲ੍ਹੇ 'ਚ ਚਲਾ ਗਿਆ ਉੱਤੇ ਲਗਾਤਾਰ ਰੌਲਾ ਪਿੰਦਾ ਰਿਹਾ ਕੀ ਬਿਮਾਰੀ ਦੇ ਬਹਾਨੇ ਕਦੇ ਇੱਥੇ ਕਦੇ ਉੱਥੇ ਹੁਣ ਉਹਦੀ ਮੌਤ ਹੋ ਗਈ ਉਹ ਕਹਣਗੇ ਜੀ ਬਾਨਾ ਨਹੀਂ ਸੀ ਸੱਚੀ ਮੁੱਠੀ ਬਿਮਾਰ ਸੀ ਪਰ ਬਿਮਾਰ ਹੋਵੇਗਾ ਵੀ ਜਿਨ੍ਹਾਂ ਨੇ ਇਹਨਾਂ ਕੁਝ ਕੀਤਾ ਕਿ ਇਹ ਬਿਮਾਰੀਆਂ ਲੱਗ ਜਾਂਦੀਆਂ ਮੈਂ ਉਹਦੀ ਬਿਮਾਰੀ ਨੂੰ ਗਲਤ ਨਹੀਂ ਕਹਿ ਰਿਹਾ ਹਾਂ ਇਹਦੇ ਤੋਂ ਪਹਿਲਾਂ 1987-88 ਚਮਤ ਸਰਬਾਤ ਫਾਈਨੈਂਸ ਵਾਲੇ ਨੇ ਲੋਕਲ ਲੋਟਸ ਫਿਰ ਕਿਥੇ ਕੈਨੇਡਾ ਇੰਡੀਆ ਦੇ ਨਾਂ ਦੇ ਉੱਤੇ ਇੱਕ ਕੰਪਨੀ ਬਣੀ ਸਾਰੇ ਜ਼ਿਲ੍ਹੇ 'ਚ ਦਫ਼ਤਰ ਖੋਲ੍ਹ ਕੇ ਉੱਥੇ ਕਰਨਲ ਬਿਠਾ ਦਿੱਤੇ ਸੀ ਬਾਅਦ 'ਚ ਕਰਨਲ ਲੋਕਾਂ ਤੋਂ ਗਾਲਾਂ ਲੈਂਦੇ ਰਹੇ ਕਿ ਕੰਪਨੀ ਵਾਲੇ ਪੈਸਾ ਸਮਟ ਕੇ ਭੱਜ ਗਏ। ਮੇਰੇ ਕੋਲ ਇਥੇ ਇੱਕ ਹਾੜ ਸਿਆਲ ਕੰਪਨੀ ਬਣੀ ਸੀ। ਉਹ ਸਾਰਾ ਪੰਜਾਬ ਲੁੱਟ ਕੇ ਲੈ ਗਈ। ਚੰਡੀਗੜ੍ਹ ਸੁਕਨਾ ਲੇਖ ਲਾਗੇ ਕਰਸੇ ਜ਼ੀਰਕਪੁਰ ਤੱਕ ਜਾਣ ਲੱਗਿਆਂ ਕਾਰ ਤੇ ਨਹੀਂ ਸੀ ਜਾਂਦੇ। ਉੱਥੇ ਚੰਡੀਗੜ੍ਹ ਕਲੱਬ ਜਿਹੜਾ ਸੈਕਟਰੀਟ ਦੇ ਕੋਲ ਉਥੋਂ ਹੈਲੀਕਾਪਟਰ ਤੇ ਚੜ੍ਹ ਕੇ 20 ਕਿਲੋਮੀਟਰ ਦਾ ਪਿੰਡ ਆ ਵੀ ਹੈਲੀਕਾਪਟਰ ਤੇ ਜਾਂਦੇ ਸੀ। ਜੀ। ਪੈਸਾ ਉਹਨਾਂ ਦੇ ਵੀ ਡੁੱਬ ਗਿਆ ਸੀ। ਹੁਣੇ ਨਿਰਮਲ ਸਿੰਘ ਪੰਗੋ ਇਹ ਤੋਂ ਪਹਿਲਾਂ ਸਵਰਤੋ ਰਾਏ ਸਹਾਰਾ ਵਾਲਾ ਉਹਨੇ ਕੀ ਕੀਤਾ? ਸਾਰੇ ਦੇਸ਼ ਲੋਟਲੇ ਉਹਦੇ ਕੀ ਬਿਕਾਰ ਲਿਆ ਇਹ ਨਿਰਮਲ ਸਿੰਘ ਪੰਗੂ ਦੇ ਜਾਣ ਨਾਲ ਮੇਰਾ ਖਿਆਲ ਆ ਅਸੀਂ ਆਮ ਤੌਰ ਤੇ ਜਿਹੜਾ ਵੀ ਤੁਰ ਜਾਵੇ ਕਹਿੰਨੇ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੀਦਾ ਪਰ ਇਹਦਾ ਤਜਰਬਾ ਇਹੋ ਜਿਹਾ ਕਿ ਸਾਰੇ ਪਾਸਿਆਂ ਤੋਂ ਸਾਰੇ ਪੰਜਾਬ ਤੋਂ ਜੋ ਕੁਝ ਇਹਦੇ ਬਾਰੇ ਗੱਲਾਂ ਉੱਦਦੀਆਂ ਪਈਆਂ ਸੁਣੀਆਂ ਨਹੀਂ ਜਾਂਦੀਆਂ ਹੁਣੇ ਸਰਕਾਰ ਨੂੰ ਪਤਾ ਲਾਉਣਾ ਚਾਹੀਦਾ ਕਿ ਜਿਹੜਾ ਪੈਸਾ ਉਹਨੇ ਇਹਨਾਂ ਕਮਾਇਆ ਸੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ ਕਾਨੂੰਨ ਇਹ ਕਹਿੰਦਾ ਕਿ ਜਿਹੜੀਆਂ ਗਲਤ ਜਾਇਦਾਦਾਂ ਬਣਾਈਆਂ ਬੰਦਾ ਤੁਰ ਵੀ ਜਾਵੇ ਤੇ ਉਹਦੇ ਵਾਰਸਾਂ ਤੋਂ ਛੜਾਈਆਂ ਜਾ ਸਕਦੀਆਂ। ਉਹ ਜਿੱਥੇ-ਜਿੱਥੇ ਵੀ ਇਹ ਛੜਾ ਕੇ ਲੋਕਾਂ ਦਾ ਪੈਸਾ ਮੁੜਦਾ ਕੀਤਾ ਜਾਣਾ ਚਾਹੀਦਾ। ਨਹੀਂ ਤੇ ਪਹਿਲੀਆਂ ਦੋ ਪਾਰਟੀਆਂ ਦੇ ਲੋਕੀ ਬੁਰਾ ਭਲਾ ਕਹਿੰਦੇ ਸੀ। ਕੱਲ ਨੂੰ ਇਹ ਸਰਕਾਰ ਨੂੰ ਇਸ ਚਲਾਉਣ ਵਾਲੀ ਪਾਰਟੀ ਨੂੰ ਵੀ ਲੋਕੀ ਕਹਿਣਗੇ ਜੀ ਆਪਣਾ ਇਮੇਜ ਬਚਾ ਕੇ ਰੱਖਣਾ। ਤੇ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ। ਠੀਕਾ ਤੇ ਤੁਰ ਜਾਣ ਦਾ ਦੁੱਖ ਹੈ। ਉਹਦੇ ਪਰਿਵਾਰ ਨੂੰ ਉਹ ਅਸੀਂ ਉਹਦੇ ਪਰਿਵਾਰ ਬਾਰੇ ਕੁਝ ਨਹੀਂ ਕਹਿ ਰਹੇ ਪਰ ਜਿਹੜੇ ਸਾਰੇ ਪੰਜਾਬ ਦੇ ਲੋਕ ਲੁੱਟੇ ਗਏ ਉਹਨਾਂ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ ਕਿ ਤੁਹਾਡਾ ਅਜੇ ਤੱਕ ਕੁਝ ਬਣਿਆ ਨਹੀਂ ਅੱਗੋਂ ਦਾ ਸਾਨੂੰ ਪਤਾ ਨਹੀਂ ਕਣੀ ਬਣਦਾ ਕਿ ਨਹੀਂ ਬਣਦਾ ਜੀ ਪੰਡਤ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਗਵਾਂਡੀ ਮੁਲਕ ਪਾਕਿਸਤਾਨ ਦੀ ਉੱਥੇ ਬਲੋਚਾਂ ਨੇ ਲੋਕਾਂ ਨੂੰ ਗੱਡੀਆਂ ਚੋਂ ਲਾ ਕੇ ਬੱਸਾਂ ਚੋਂ ਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਦੂਸਰੇ ਪਾਸੇ ਉਹ ਵੀ ਕਾਰਵਾਈ ਹੋਈ ਹੈ ਤੇ ਕਈ ਲੋਕਾਂ ਦੀ ਮੌਤ ਹੋਈ ਹੈ ਪੂਰਾ ਮਾਮਲਾ ਕੀ ਹੈ ਜੀ ਜਦੋਂ ਪਾਕਿਸਤਾਨ ਬਣਿਆ ਉਦੋਂ ਵੀ ਪਖਤੂਨ ਤੇ ਬਲੋਚ ਪਾਕਿਸਤਾਨ ਚ ਸ਼ਾਮਲ ਹੋਣ ਨੂੰ ਤਿਆਰ ਨਹੀਂ ਸੀ ਅੰਗਰੇਜ਼ ਕਿਉਂਕਿ ਮੁਹੰਮਦ ਅਲੀ ਜਨਾਨ ਨੂੰ ਆਪਣਾ ਬੰਦਾ ਸਮਝ ਕੇ ਉਹਦੇ ਨਾਲ ਇੱਕ ਸਮਝੌਤਾ ਕਰੀ ਬੈਠੇ ਸੀ ਇਹੋ ਕਾਰਨ ਸੀ ਕਿ 15 ਨੂੰ ਆਜ਼ਾਦੀ ਮਿਲਣੀ ਸੀ ਉਹਨੂੰ ਇੱਕ ਦਿਨ ਪਹਿਲਾਂ ਪਾਕਿਸਤਾਨ ਬਣਾ ਕੇ ਦੇ ਦਿੱਤਾ ਉਹਦੇ ਮਨ ਚ ਡਰ ਸੀ ਕਿ ਜੇ ਆਜ਼ਾਦੀ ਮਿਲ ਗਈ ਤੇ 15 ਨੂੰ ਇੱਕ ਵਾਰੀ ਕੰਟਰੋਲ ਮਿਲਦੇ ਸਰ ਭਾਰਤ ਦੇ ਲੀਡਰ ਪਾਕਿਸਤਾਨ ਬਣਾਉਣ ਤੋਂ ਨਾ ਕਰ ਦੇਣਗੇ ਉਦੋਂ ਅੰਗਰੇਜ਼ਾਂ ਨੇ ਬੜੇ ਕਾਲੇ ਚ ਬਲੋਚਾਂ ਨੂੰ ਪਖਤੂਨਾਂ ਨੂੰ ਇਹਨਾਂ ਸਾਰੀਆਂ ਕੌਮਾਂ ਇਤੋਂ ਦਬਾ ਕੇ ਆਕਿਆ ਸੀ ਤੁਹਾਨੂੰ ਇੱਕ ਵਾਰੀ ਪਾਕਿਸਤਾਨ ਨਾਲ ਜਾਣਾ ਆਪਣਾ ਬਾਅਦ ਚ ਇੱਥੇ ਮਰਦਮ ਸਮਾਰੀ ਕਰਾ ਲਾਂਗੇ ਮੇਰੇ ਫਰੈਂਡ ਮਕੜਾ ਰਾਂਗੇ ਅੱਜ ਤੱਕ ਰਾਇਸ਼ ਮਾਰੀ ਨਹੀਂ ਹੋਈ ਉੱਥੋਂ ਦੇ ਲੋਕਾਂ ਨੇ ਕਈ ਕਿਸਮ ਦੇ ਸ਼ਿਕਵੇ ਕਈ ਵਾਰ ਪ੍ਰਗਟ ਕੀਤੇ ਕਈ ਵਾਰ ਲੜਾਈਆਂ ਜਿਹੜੇ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਉੱਥੇ ਵੀ ਸ਼ਿਕਵਾ ਜੀ ਉਹ ਇੱਕ ਗੱਲ ਕਹਿੰਦੇ ਆ ਕਿ ਰਾਜ ਕਰਨ ਨੂੰ ਪੰਜਾਬੀ ਨੇ ਬੰਗਲਾਦੇਸ਼ ਵੱਖਰਾ ਕਿਉਂ ਆ ਅੱਜ ਪੰਜਾਬੀ ਉੱਥੇ ਬਾਕੀ ਸਾਰੀਆਂ ਜੜੀਆਂ ਕਮਿਊਨਿਟੀਆਂ ਨੇ ਜਿੰਨੇ ਭਾਈਚਾਰੇ ਉਹਨਾਂ ਸਾਰਿਆਂ ਤੇ ਭਾਰੂਗਾ ਹੂੰ ਕੱਲੇ ਪੰਜਾਬੀ ਉਦੋਂ ਬੰਗਾਲੀ ਜਿਹੜੇ ਸੀ ਪੂਰਬੀ ਪਾਕਿਸਤਾਨ ਵਾਲੇ ਉਹ ਕੱਲੇ ਬਾਕੀਆਂ ਤੇ ਭਾਰੂ ਸੀ ਪਰ ਭਾਰੂ ਹੁੰਦਿਆਂ ਵੀ ਉਹਨਾਂ ਦੇ ਲੀਡਰ ਨੂੰ ਪ੍ਰਧਾਨ ਮੰਤਰੀ ਨਹੀਂ ਸੀ ਬਣ ਦਿੱਤਾ ਕਿਉਂਕਿ ਇਧਰਲੇ ਪਾਕਿਸਤਾਨ ਦੇ ਉੱਤੇ ਪੰਜਾਬੀਆਂ ਦਾ ਗਲਬਾ ਸੀ ਫੌਜ ਤੇ ਵੀ ਉਹਨਾਂ ਦਾ ਗਲਬਾ ਸੀ ਹੁਣ ਇਹ ਸਾਰੇ ਬਲੋਚ ਪਖਤੂਨ ਕਸ਼ਮੀਰੀ ਉਹ ਸਾਰੇ ਕਹਿੰਦੇ ਆ ਕਿ ਰਾਜ ਕਰਨੋਂ ਪਹਿਲ ਇਹਨਾਂ ਦੀ ਹੁੰਦੀ ਹੈ ਸਿੰਧੀਆਂ ਨੂੰ ਵੀ ਕਦੇ-ਕਦੇ ਮੌਕਾ ਮਿਲ ਜਾਂਦਾ ਪਰ ਉਹ ਕਹਿੰਦੇ ਜਦੋਂ ਮਰਨ ਦਾ ਮੌਕਾ ਹੁੰਦਾ ਸਾਨੂੰ ਅੱਗੇ ਕੀਤਾ ਜਾਂਦਾ ਉਹ ਕਹਿੰਦੇ ਜਿੰਨੀਆਂ ਜੰਗਾਂ ਉੱਥੇ ਲੜਨ ਵਾਸਤੇ ਸਭ ਤੋਂ ਅੱਗੇ ਸਾਡੇ ਫੌਜ ਜਿਹੜੀ ਉਹਨੂੰ ਕੀਤਾ ਜਾਂਦਾ ਗਿਣਤੇ ਘਟ ਪਰ ਜਾਨ ਇਹਨਾਂ ਦੀ ਵੱਧ ਜਾਂਦੀ ਹੈ ਇਸ ਤਰ੍ਹਾਂ ਦੇ ਕਈ ਗੱਲੇ ਸ਼ਿਕਵੇ ਕਰਦੇ ਉਸ ਦੇਸ਼ ਚ ਕੀ ਹੁੰਦਾ ਸਾਨੂੰ ਕੀ ਪਤਾ ਜੀ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਵਿਰੋਧ ਵੱਧ ਦੇ ਜਿਹੜੇ ਉਧਰ ਖੈਬਰ ਪਖਤੂਨਖਵਾੜ ਉਹ ਵੀ ਕਦੇ ਪਾਕਿਸਤਾਨ ਦੀ ਮੁਖਤਿਰਤ ਨਾਲ ਮਿਲ ਕੇ ਨਹੀਂ ਚੱਲੇ ਪਹਿਲੇ ਪਹਿਲਾਂ ਵੀ ਉਹ ਸਰਦਾਰ ਦੀ ਗਾਂਧੀ ਖਾਨ ਅਬਦੁਲ ਕਪਾਰ ਖਾਨ ਤੇ ਫਿਰ ਸਰਦਾਰ ਬਲੀ ਖਾਨ ਦੇ ਨਾਲ ਹੁੰਦੇ ਅੱਜ ਕੱਲ ਜਦੋਂ ਬਾਕੀ ਸਾਰੇ ਦੇਸ਼ 'ਚ ਕਦੇ ਮੁਸਲਿਮ ਲੀਗ ਤੇ ਕਦੇ ਪੀਪਲਸ ਪਾਰਟੀ ਹੁੰਦੀ ਉਦੋਂ ਉੱਥੇ ਇਮਰਾਨ ਖਾਨ ਦੀ ਪਾਰਟੀ ਹੁੰਦੀ ਐਸ ਵੇਲੇ ਵੀ ਇਹਨਾਂ ਦੇ ਮਤਭੇਦਤ ਕਾਫੀ ਆ ਬਲੋਚਾਂ ਦੇ ਵੀ ਇਹ ਜਿਹੜੀ ਪਾਕਿਸਤਾਨ ਦੀ ਆਰਮੀ ਆ ਅਤਵਾਦ ਰੋਕਣ ਦੇ ਨਾਂ ਤੇ ਮੜਮੜ ਕੇ ਕਹਿੰਦੇ ਆ ਕਿ ਬਲੋਚਾਂ ਤੇ ਤਸ਼ੱਦਦ ਕਰਦੀ ਹੈ। ਰਿਪੋਰਟਾਂ ਨੇ ਸਾਡੇ ਕੋਲ ਅਸੀਂ ਕਿਹੜਾ ਉੱਥੇ ਜਾ ਕੇ ਵੇਖਿਆ। ਹੁਣ ਪਿਛਲੇ ਦਿਨਾਂ 'ਚ ਕਿਉਂਕਿ ਬਲੋਚਾਂ ਬਹੁਤ ਮਾਰਿਆ ਗਿਆ ਤੇ ਬਲੋਚਾਂ ਦੇ ਇੱਕ ਗਰੁੱਪ ਨੇ ਪਿਛਲੇ 2-3 ਦਿਨਾਂ 'ਚ 30 ਦੇ ਕਰੀਬ ਲੋਕ ਮਾਰ ਦਿੱਤੇ। ਬੱਸਾਂ 'ਚੋਂ ਕੱਢ ਕੇ ਰੇਲਾਂ 'ਚੋਂ ਕੱਢ ਕੇ ਹਾਈਵੇ ਤੇ ਜਾਂਦਿਆਂ ਨੂੰ ਰੋਕ ਕੇ ਪੁੱਛਿਆ ਤੂੰ ਕੌਣ ਹੈ ਜਿੰਨੇ ਆਖਰ ਸੀ ਪੰਜਾਬੀ ਹੈ ਮਾਰਤੀਗੋੜੀ। ਉਦੇ ਬਾਅਦ ਸੁਰੱਖਿਆ ਫੋਰਸਰ ਨੇ ਜਾ ਕੇ ਜਵਾਬੀ ਕਾਰਵਾਈ ਕੀਤੀ ਹੈ ਕਰੇ ਦੋਆ ਤਰ੍ਹਾਂ ਦੀ ਕਾਰਵਾਈ ਚ 48 ਘੰਟਿਆਂ ਚ 100 ਤੋਂ ਵੱਧ ਮੌਤਾਂ ਹੋ ਗਈਆਂ ਜੀ ਉਸ ਦੇਸ਼ ਵਿੱਚ ਜੋ ਕੋ ਜਾਂਦਾ ਉਹਨਾਂ ਦਾ ਅੰਦਰੂਨੀ ਮਸਲਾ ਕੋਈ ਬਾਹਰੋਂ ਦਖਲ ਨਹੀਂ ਦੇ ਸਕਦਾ ਤੇ ਦੇਣਾ ਵੀ ਨਹੀਂ ਚਾਹੀਦਾ ਜੀ ਸਾਡੇ ਲਈ ਚਿੰਤਾ ਦੀ ਗੱਲ ਇਹ ਹੈ ਕਿ ਸਾਡੇ ਗਵਾਰਡ ਦੇ ਜਦੋਂ ਅੱਗ ਲੱਗੀ ਹੈ ਉਸ ਅੱਗ ਬਾਰੇ ਸੁਚੇਤ ਕਰਨ ਦੀ ਲੋੜ ਹੈ ਕਿ ਬੰਗਲਾਦੇਸ਼ 'ਚ ਅੱਗ ਲੱਗੀ ਹੈ ਉਨ੍ਹਾਂ ਦੀ ਪ੍ਰਧਾਨ ਮੰਤਰੀ ਉੱਥੋਂ ਭੱਜ ਕੇ ਇੱਥੇ ਆ ਗਈ। ਹੁਣ ਹਰ ਗੱਲ ਦੇ ਉੱਤੇ ਭਾਰਤ ਨੂੰ ਧੌਕੀਆਂ ਦਿੱਤੀਆਂ ਜਾ ਰਹੀਆਂ। ਉਹਨਾਂ ਕੋ ਵਾਪਸ ਆਵੇ। ਜੇ ਉਹ ਵਾਪਸ ਨਾ ਕੀਤਾ ਕਰਦੇ ਆਂ ਕਿ ਉਹ ਕਰ ਦੇਣਗੇ। ਇੱਧਰ ਜੇ ਕੱਲ ਨੂੰ ਕੋਈ ਗੱਲ ਬਾਤ ਹੋਈ। ਉਸ ਹਾਲਾਤ ਦਾ ਵੀ ਅਸਰ ਭਾਰਤ ਦੇ ਉੱਤੇ ਪੈ ਸਕਦਾ। ਇਸ ਕਰਕੇ ਭਾਰਤ ਦੀ ਸਰਕਾਰ ਨੂੰ ਜਰਅ ਸੋਗ ਰੱਖਣੀ ਚਾਹੀਦੀ, ਉੱਧਰ ਅੱਖਾਂ ਤੇ ਕਰਨ ਰੱਖਣੇ ਚਾਹੀਦੇ ਆਂ। ਉੱਧਰ ਵਿਗੜਦੇ ਹਾਲਾਤ ਦੇ ਵਿੱਚ ਤੱਲੋ ਕੋ ਲਿਡ ਉੱਠ ਉੱਠ ਕੇ ਪੁੱਠੇ ਸਿੱਧੀ ਗੱਲ ਕਰਦੇ ਖਾਸ ਕਰਕੇ ਉਹਨਾਂ ਦੀ ਫੌਜ ਬਾਰੇ ਮਸ਼ਹੂਰ ਹੈ ਕਿ ਜਦੋਂ ਅੰਦਰੂਨੀ ਸੰਕਟ ਵਧੇ ਤੇ ਉਦੋਂ ਬਾਅਦ ਸ਼ਰਧਾਂ ਤੇ ਕੁਝ ਨਾ ਕੁਝ ਕਰਨਾ ਪੈਂਦੀ ਹੁੰਦੀ ਹੈ ਇਸ ਕਰਕੇ ਭਾਰਤ ਸਰਕਾਰ ਨੂੰ ਜਰਾ ਜ਼ਿਆਦਾ ਚੌਕਸ ਰਹਿਣ ਦੀ ਲੋੜ ਜੀ ਪਰ ਸਰਬ ਅੱਗੇ ਵੱਧ ਕੇ ਗੱਲ ਕਰਦੇ ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆ ਨਾਥੂਰਾ ਦੀ ਸਰਕਾਰ ਹੈ ਦੱਸਿਆ ਜਾ ਰਿਹਾ ਕਿ 3 ਸਾਲਾਂ ਦੇ ਵਿੱਚ 4 ਲੱਖ ਨਕਲੀ ਜਨਮ ਸਰਟੀਫਿਕੇਟ ਬਣਾਇਆ ਗਿਆ ਬਹੁਤ ਸਾਰੇ ਸੂਬਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਪਰ ਇਹ ਜਿਹੜੀ ਖਬਰ ਆਈ ਹੈ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਪਈ ਜੀ ਜੋਗੀ ਸਾਬ ਆਪ ਜੋਗੀ ਸਨ ਧਾਰਮਿਕ ਆਗੂ ਸਨ ਜਦੋਂ ਧਰਮਕਤਾ ਛੱਡ ਕੇ ਰਾਜਨੀਤੀ ਜਾਗੇ ਜੀ ਰਾਜਨੀਤੀ ਵਿੱਚ ਜਿਹੜੇ ਦਾਅ ਕਾ ਹੁੰਦੇ ਉਹ ਸਾਰੇ ਦੇ ਸਾਰੇ ਉਹ ਸਿੱਖ ਗਏ ਅੱਜ ਕੱਲ ਉਹ ਜੋਗੀਆਂ ਵਾਲੀ ਗੱਲ ਕੋਈ ਨਹੀਂ ਪੂਰੀ ਤਰ੍ਹਾਂ ਰਾਜਨੀਤੀ ਦੇ ਰੰਗ ਵਿੱਚ ਰੰਗੇ ਪਏ ਤੇ ਇੰਨੇ ਰੰਗੇ ਪਏ ਕਿ ਉਹਨਾਂ ਦੇ ਰਾਜ ਵਿੱਚ ਹਰ ਗੱਲ ਦੇ ਉੱਤੇ ਰੌਲਾ ਪੈਂਦਾ ਇੱਥੋਂ ਤੱਕ ਵੀ ਰੌਲਾ ਪੈਂਦਾ ਕਿ ਜੇ ਕਿਤੇ ਕੋਈ ਵਾਰਦਾਤ ਹੁੰਦੀ ਹੈ ਬੰਦਾ ਜੇ ਪੁਲਿਸ ਫੜ ਕੇ ਪਿਛੋਠਾਣੇ ਲਿਆਉਂਦੀ ਪਿੱਲਾਂ ਬਲਡੋਜਾ ਚਲ ਜਾਂਦਾ ਜੀ ਉਹਦਾ ਘਰ ਟਾਉਣ ਵਾਸਤੇ ਜਿਹਨੂੰ ਅਦਾਲਤ ਨੇ ਡਿਕਲੇਅਰ ਨਹੀਂ ਕੀਤਾ ਕਿ ਆ ਕੋਈ ਜੁਰਮਿਆ ਕੀਤਾ ਇਹਨੇ ਅਪਰਾਧੀਕ ਨਹੀਂ ਉਹਦਾ ਘਰ ਟਾ ਦਿੱਤਾ ਜਾਂਦਾ ਕਸੂਰ ਵੀ ਹੋਵੇ ਤੋਦਾ ਉਹਦੇ ਸਾਰੇ ਟੱਬਰ ਨੂੰ ਕੋਈ ਦੁੱਖੀ ਕੀਤਾ ਜਾਂਦਾ ਤੇ ਬੱਚਿਆਂ ਦੇ ਕੈਦੇ ਕਿਤਾਬਾਂ ਵੀ ਹੋਣਗੇ ਦਾਦੀ ਦੀ ਕਿਸੇ ਦੀ ਦਵਾਈ ਵੀ ਉਹ ਸਭ ਕੁਝ ਟਾਤ ਜਾਂਦਾ ਇਹ ਹੁੰਦਾ ਪਿਆ ਇਹ ਸਾਰਾ ਕੁਝ ਬੇਅਨਸਾਬੀ ਦਾ ਦੌਰ ਯੋਗੀ ਦਿੱਤਿਆਨਾਥ ਦੇ ਰਾਜ ਚੋਰ ਪੰਜ 6 ਸਾਲ ਪਹਿਲਾਂ ਉੱਥੇ ਇੱਕ ਗੈਂਗਰੇਪ ਉਹ ਸਮੂਹਿਕ ਬਲਾਤਕਾਰ ਉਹਦੇ ਦੋਸ਼ੀ ਫੜੇ ਗਏ ਫੜਨ ਤੋਂ ਬਾਅਦ ਆਖਿਆ ਭੱਜ ਗਏ ਭਜਨ ਤੋਂ ਬਾਅਦ ਆਖਿਆ ਪਹਾੜੀ ਤੇ ਸੀ ਮੁਕਾਬਲਾ ਉਹਨਾਂ ਨੇ ਪਹਾੜੀ ਤੋਂ ਗੋਲੀਆਂ ਚਲਾਈਆਂ ਥੱਲਿਓਂ ਗੋਲੀਆਂ ਚਲਾ ਕੇ ਪਹਾੜੀ ਤੇ ਖੜਿਆ ਉਹਨੂੰ ਮਾਰਤਾ ਅਦਾਲਤ ਵਿੱਚ ਕੇਸ ਗਿਆ ਤੇ ਉੱਥੇ ਜਾ ਕੇ ਰਿਪੋਰਟ ਪੇਸ਼ ਹੋਈ ਤੇ ਪਤਾ ਲੱਗਾ ਕਿ ਜਿਹੜਾ ਸਮੂਹਿਕ ਬਲਾਤਕਾਰ ਸੀ ਉਹਦੇ ਵਿੱਚ ਖੂਨ ਤੇ ਹੋਰ ਚੀਜ਼ਾਂ ਜਿਹੜੀਆਂ ਫੜੀਆਂ ਗਈਆਂ ਉਹਦੇ ਵਿੱਚ ਅਪਰਾਧੀਆਂ ਦਾ ਡੀਐਨਏ ਟੈਸਟ ਕੀਤਾ ਤੇ ਉਹ ਹੋਰ ਨਿਕਲਦਾ ਉਹ ਜਿਹੜੇ 5 6 7 ਮਾਰਤੇ ਸੀ ਉਹਨਾਂ ਚੋਂ ਕਿਸੇ ਨਾਲ ਮਿਲਿਆ ਹੀ ਨਹੀਂ ਜੀ ਇਹਦਾ ਮਤਲਬ ਕਿ ਬਿਨਾ ਅਪਰਾਧ ਤੋਂ ਉਹ ਮਾਰਤੇ ਅੱਜਕੱਲ੍ਹ ਕਈ ਕੇਸ ਉੱਥੇ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਅਪਰਾਧਿਕ ਐ ਇੱਕ ਘਰ ਤੋਤਾ ਜਾਂਦਾ ਬਾਅਦ ਚ ਉਹਨਾਂ ਦਾ ਕੋਈ ਸੂਰ ਨਹੀਂ ਨਿਕਲਦਾ ਹੂੰ ਮਧ ਪ੍ਰਦੇਸ਼ ਵਿੱਚ ਵੀ ਇਦਾਂ ਹੋ ਚੁੱਕਾ ਦੋ ਕੇਸਾਂ ਚ ਇੱਕ ਕੇਸ ਆਖਿਆ ਜੀ ਧਾਰਮਿਕ ਜਲੂਸ ਨਿਕਲਦਾ ਸੀ ਇਹਨਾਂ ਵੇਖ ਕੇ ਬੇਰੁਮਤੀ ਕੀਤੀ ਦੋ ਮੁੰਡਿਆਂ ਨੂੰ ਫੜ ਕੇ ਪੁਲਿਸ ਲੈ ਗਈ ਮੁਰਕਾ ਦੇ ਘਰ ਨੂੰ ਬਲਡੋਜ਼ਰ ਤੋਰਤਾ ਤੇ ਹਿੰਦੂ ਕਟੜਪੰਥੀ ਜਥੇਬੰਦੀਆਂ ਵਾਲੇ ਅੱਗੇ-ਅੱਗੇ ਢੋਲ ਵਾਜੇ ਵਜਾਉਂਦੇ ਗਏ ਦੋ ਘੰਟਿਆਂ ਬਾਅਦ ਜਾ ਕੇ ਉਹਦਾ ਘਰ ਟਾਤਾ ਤੇ ਦੋ ਮਹੀਨਿਆਂ ਬਾਅਦ ਦੋਵੇਂ ਮੁੰਡੇ ਅਦਾਲਤ ਨੇ ਛੱਡ ਦਿੱਤੇ ਕਿਉਂਕਿ ਜਿਹਦੇ ਵੱਲੋਂ ਸ਼ਿਕਾਇਤ ਦਰਜ ਹੋਈ ਸੀ ਉਹ ਵੀ ਹਿੰਦੂ ਸੀ ਉਹਨੇ ਅਖਿਆ ਜੀ ਮੈਂ ਤਾਂ ਉਹ ਦਿਨ ਉੱਥੇ ਹੀ ਨਹੀਂ ਮੈਂ ਸ਼ਿਕਾਇਤ ਨਹੀਂ ਦਰਜ ਕਰਾਈ ਮੈਨੂੰ ਪਤਾ ਹੀ ਨਹੀਂ ਕਿੰਨੇ ਮੇਰੇ ਨਾਂ ਤੇ ਕਰਾਤੀ ਤੇ ਜੁਰਮ ਤਾਂ ਹੋਇਆ ਹੀ ਨਹੀਂ ਬਿਨਾਂ ਜੁਰਮ ਤੋਂ ਉਹਨਾਂ ਦਾ ਘਰਟਵਾਤਾ ਸੀ ਇੱਥੇ ਉਹਨਾਂ ਯੂਪੀ ਚ ਮੋੜ-ਮੋੜ ਕੇ ਖਬਰਾ ਆਉਂਦੀ ਆ ਆਜ ਵੀ ਜੁਰਮ ਹੋ ਗਿਆ ਹੋ ਗਿਆ ਕੋਈ ਕਾਰਵਾਈ ਨਹੀਂ ਹੁਣ ਅੱਗੇ ਇੱਕ ਤਾਂ ਅਸੀਂ ਰਿਪੋਰਟ ਦਿੱਤੀ ਸੀ ਅਤੇ ਚਰਚਾ ਕੀਤੀ ਸੀ ਕਿ ਉਥੋਂ ਜਾਲੀ ਜਨਮ ਸਰਟੀਫਿਕੇਟ ਬਣਦੇ ਬਹੁਤ ਸਾਰੇ ਲੋਕ ਨੇ ਬੰਗਲਾਦੇਸ਼ੀ ਜਿਹੜੇ ਆਪਣੇ ਬੱਚਿਆਂ ਦੇ ਇੱਥੇ ਜਾਲੀ ਜਨਮ ਸਰਟੀਫਿਕੇਟ ਬਣਾ ਕੇ ਚੋਰੀ ਛਿਪੇ ਆ ਕੇ ਇੱਥੇ ਭਾਰਤ ਵਿੱਚ ਰਹਿੰਦੇ ਆ ਤੇ ਸਰਟੀਫਿਕੇਟ ਹਜ਼ਾਰਾਂ ਦੀ ਗਿਣਤੀ ਚ ਬਣ ਰਿਹਾ ਅੱਜ ਫਿਰ ਇੱਕ ਕੌਮੀ ਅਖਬਾਰ ਜਿਹੜਾ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਹਿੰਦੀ ਅਖਬਾਰ ਅੰਗਰੇਜ਼ੀ ਅਖਬਾਰਾਂ ਚੋਂ ਵੀ ਕੋਈ ਦਿਨੜਾ ਤੁਰ ਨਹੀਂ ਪੌਂਦਾ ਉਹਨੇ ਰਿਪੋਰਟ ਲਾਈ ਹੈ ਕਿ ਉੱਥੇ 4-5 ਜ਼ਿਲ੍ਹਿਆਂ ਦੇ ਵਿੱਚ ਇਹ ਕੁਛ ਹੁੰਦਾ ਪਿਆ ਉਹਨਾਂ ਅਖਾਜ ਉੱਥੇ ਲੱਖਾਂ ਦੀ ਗਿਣਤੀ ਚ ਜਨਮ ਸਰਟੀਫਿਕੇਟ ਬਣ ਗਏ ਬਰਥ ਸਰਟੀਫਿਕੇਟ ਤੇ ਜਦੋਂ ਉਹਨਾਂ ਨੇ ਪੜਤਾਲ ਕਰਨੀ ਸ਼ੁਰੂ ਕੀਤੀ ਦੋਸ਼ੀ ਤਾਂ ਹੁਣ ਤੱਕ 17-18 ਪੁਲਿਸ ਨੇ ਫੜਦੇ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਬਣਾ ਕੇ ਪਰਿਵਾਰਾਂ ਨੂੰ ਦਿੱਤੇ ਆ ਜੀ ਉਹਨਾਂ ਚੋਂ ਇੱਕ ਵੀ ਨਹੀਂ ਪੁਲਸ ਨੂੰ ਲੱਭਾ ਹੂੰ ਉਹ ਕਿੱਥੇ ਚਲੇ ਗਏ yogi detya naas da raj ਕਹਿੰਦੇ ਬੜਾ ਧਾਰਮਿਕ ਪ੍ਰਵਿਰਤੀ ਵਾਲਾ ਰਾਜ ਅੱਜ ਜਿਸ ਵੇਲੇ ਮੈਂ ਸੁਣਿਆ ਸਭ ਇੱਕ ਟੀਵੀ ਚਰਨ ਵਾਲੇ ਕਹਿੰਦੇ ਸੀ ਜੇ ਤੇ ਕੋਈ ਮੁਸਲਮਾਨ ਹੋਵੇ ਤੇ ਉਹਦਾ ਨਾਂ ਅਪਰਾਧ ਚਾਉਂਦੇ ਸਾਰੇ ਅਜੇ ਇਹ ਨਹੀਂ ਪਤਾ ਉਹਨੇ ਕੀਤਾ ਕਿ ਨਹੀਂ ਕੀਤਾ ਘਰ ਠਾ ਦਿੰਦੇ ਆ ਬਹੁਤ ਰਸਤੇ ਵਿੱਚ ਸਮੂਹਿਕ ਬਲਾਤਕਾਰ ਹੋਇਆ ਪਿਛਲੇ ਹਫਤੇ ਉਹਨਾਂ ਚੋਂ ਕਿਸੇ ਦਾ ਘਰ ਨਹੀਂ ਟਾਇਕ ਕੱਲ ਇੱਕ ਹੋਰ ਥਾਂ ਤੇ ਹੋ ਗਿਆ ਇੱਕ ਨਰਸਰਾਂ ਉੱਥੇ ਕਿਸੇ ਦਾ ਘਰ ਨਹੀਂ ਟਾਇਕ ਜੀ ਕੁਲਦੀਪ ਸਿੰਘ ਸਿੰਗਰ ਭਾਜਪਾ ਦਾ ਵਿਧਾਇਕ ਸੀ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਸਜ਼ਾ ਵੀ ਦੇ ਦਿੱਤੀ ਉਹਦਾ ਘਰ ਨਹੀਂ ਟਾਇਕ ਉਹਦਾ ਪਰਿਵਾਰ ਅੱਜ ਵੀ ਉਸ ਇਲਾਕੇ 'ਚ ਭਾਜਪਾ ਦੀ ਲੀਡਰੀ ਕਰਦਾ ਇਹ ਸਾਰਾ ਕੁਝ ਜੋ ਹੁੰਦਾ ਪਿਆ ਦੱਸਦਾ ਕਿ ਅਸੀਂ ਸਾਧਾਂ ਦੇ ਬਾਰੇ ਜਿਹੜਾ ਪਰਮਪਾਲਦੇ ਰਹੇ ਹਾਂ ਕਿ ਉਹਨਾਂ ਦੇ ਰਾਹ ਚ ਸਭ ਕੁਝ ਔਰ ਰੱਬ ਦਾ ਪਉ ਰੱਖਣ ਵਾਲੇ ਹੁੰਦੇ ਆ ਇੱਥੇ ਰੱਬ ਦਾ ਪਉ ਕੋਈ ਨਹੀਂ ਉਹ ਇਹ ਸਮਝਦੇ ਆ ਕਿ ਰੱਬ ਸਾਨੂੰ ਪਤਾ ਕਿੱਥੇ ਪਿਆ ਜੀ ਉਹ ਬਹੁਤੇ ਕੋਈ ਪਰਵਾਹ ਨਹੀਂ ਕਰਦੇ ਜਦ ਆਪਦੇ ਹਾਲਾਤ ਉਤੇ ਮਾੜੇ ਆ ਜਨਮ ਸਰਟੀਫਿਕੇਟਾਂ ਦਾ ਮਾਮਲਾ ਵੀ ਇਦਾਂ ਦਾ ਹੀ ਆ ਜੇ ਕਰਨ ਵਾਲੇ ਬੰਦੇ ਆਪਣੇ ਹੋ ਕਾਰਵੇ ਕਿਹਦੇ ਖਿਲਾਫ ਬਿਲਕੁਲ ਪਰਸਾਂ ਜਾਂਦਿਆਂ ਦੀ ਗੱਲ ਪਾਲਤੀ ਕਰਨੀ ਆ ਖਬਰ ਉੱਥੋਂ ਵੀ ਇੱਕ ਬੜੀ ਹੈਰਾਨੀ ਜਨਕ ਸਾਹਮਣੇ ਆਈ ਹੈ ਇੱਕ ਸ਼ਖਸ ਨੇ ਅੱਖਾਂ ਦਾ ਆਪਰੇਸ਼ਨ ਕਰਾਇਆ ਟਕਨੇ ਆਪਰੇਸ਼ਨ ਕਰਤਾ ਲੈਂਸ ਪਾਤੇ ਪਰ ਲੈਂਸ ਜਿਹੜਾ ਸੀ ਉਹ ਐਕਸਪਾਇਰੀ ਸੀਗਾ ਤੇ ਹੁਣ ਉਸ ਸ਼ਖਸ ਨੂੰ ਦੀਦਾ ਵੀ ਕਹਿੰਦੇ ਘਟ ਹੈ ਇਹ ਕਦੀ ਹਰਿਆਣੇ ਤੋਂ ਖਬਰ ਆਉਂਦੀ ਹੈ ਸਰੀਰ ਦੇ ਵਿੱਚ ਕੈਂਚੀ ਰਹਿੰਦੀ ਹੈ ਆਪਰੇਸ਼ਨ ਕਰਦੇ ਕਦੀ ਕਿਸੇ ਸੂਬੇ ਤੋਂ ਆਉਂਦੀ ਹੈ ਇਹ ਮਾਮਲਾ ਕੀ ਹੈ ਜੀ ਪੂਰਾ ਬਾ ਤੇ ਸਭ ਤੋਂ ਪਹਿਲੀ ਖਬਰ ਤੇਹੋ ਜੀ ਮਾੜੀ ਹੈਦਰਾਬਾਦ ਤੋਂ ਆਏ ਸੀ ਨਰਸਿਮਾ ਦਾ ਰਾਜ ਸੀ ਨਰਸਿਮਾ राव ਪ੍ਰਧਾਨ ਮੰਤਰੀ ਦਾ ਜੀ ਉਹ ਵੀ ਆਂਧਰਾ ਪ੍ਰਦੇਸ਼ ਦਾ ਸੀ ਤੇ ਖਬਰ ਵੀ ਉਹਦੇ ਰਾਜ ਆਂਧਰਾ ਪ੍ਰਦੇਸ਼ ਦੀ ਸੀ ਅੱਜ ਤੋਂ 30 ਸਾਲ ਪੁਰਾਣੀ ਖ਼ਾਲੋ ਕੁੜੀ ਦਾ ਅੱਖ ਦਾ ਆਪਰੇਸ਼ਨ ਕਰਨਾ ਸੀ ਕਿਉਂਕਿ ਜ਼ਹਿਰ ਫੈਲ ਗਿਆ ਤੇ ਕੀਤਾ ਜਦੋਂ ਜਿਹੜੀ ਅੱਖ ਕੱਟਣੀ ਸੀ ਉਹ ਰਹਿਣ ਦਿੱਤੀ ਜਿਹੜੀ ਠੀਕ ਅੱਖ ਸੀ ਉਹ ਕੱਢ ਕੇ ਲਾਇਆ ਸੀ ਕੁੜੀ ਦੀ ਬਾਅਦ ਮੌਤ ਹੋ ਗਈ ਇਦਾਂ ਹੋਇਆ ਸੀ ਉਤੋਂ ਬਾਅਦ ਕਿੰਨੀ ਵਾਰ ਹੋਇਆ ਸਾਡੇ ਪੰਜਾਬ 'ਚ ਇਹੋ ਜਿਹਾ ਘਟਨਾਵਾਂ ਕਿੰਨੀ ਵਾਰ ਹੋਈਆਂ ਨੇ ਬਹੁਤ ਕੁਝ ਹੁੰਦਾ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਤੋਂ ਦੁਖੀ ਹਾਂ ਆ ਥੋੜੇ ਦਿਨ ਪਹਿਲਾਂ ਹਰਿਆਣੇ 'ਚ ਇੱਕ ਵੱਡੇ ਹਸਪਤਾਲ 'ਚ ਉਹ ਫੇਫੜੇ ਦਾ ਮਾਮਲਾ ਜੋ ਕੁਛ ਸੀ ਗਲਤੀ ਨਾਲ ਕੱਢਣਾ ਹੋਰ ਕੱਢ ਹੋਰ ਦਿੱਤਾ ਉਸ ਬੀਬੀ ਦੇ ਨਾਲ ਜੋ ਕੁਛ ਹੋਇਆ ਸਾਰਿਆਂ ਨੂੰ ਪਤਾ ਉਹਦਾ ਪਤੀ ਰਹਿੰਦਾ ਪਿਆ ਸਾਡੇ ਜਲੰਧਰ ਚ ਇੱਕ ਬੀਬੀ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਹੁੰਦਾ ਪਿਆ ਕਿ ਉਸ ਡਾਕਟਰ ਨੇ ਇਲਾਜ ਕੀਤਾ ਜਿਹੜਾ ਡਾਕਟਰ ਦੀ ਯੋਗ ਹੀ ਨਹੀਂ ਹੁਣ ਜਿਹੜੀ ਖਬਰ ਹੈ ਕਿਸੇ ਛੋਟੇ ਮੋਟੇ ਹਸਪਤਾਲ ਦੀ ਨਹੀਂ ਕਿਸੇ ਅੱਖਾਂ ਦੇ ਕੈਂਪ ਦੀ ਨਹੀਂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਤਾਂ ਬੜਾ ਟਾਪ ਦੇ ਹਸਪਤਾਲ ਚ ਗਿਣਿਆ ਜਾਂਦਾ ਜੀ ਦਿੱਲੀ ਦਾ ਇਹ ਮej ਹੈ ਇਸੇ AIMS ਦੀ ਤਰਜ਼ ਦੇ ਉੱਤੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਭਾਰਤ ਵਿੱਚ 7-8 ਥਾਵਾਂ ਤੇ ਬਣੇ ਨੇ ਮੱਧ ਪ੍ਰਦੇਸ਼ ਦੇ ਰਾਜ ਦੀ ਰਾਜਧਾਨੀ ਭਪਾਲ ਵਿੱਚ ਜਿਹੜਾ AIMS ਹੈ ਉੱਥੇ ਇੱਕ ਬੰਦੇ ਦੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਗਿਆ। ਬੰਦਾ ਕਿਉਂ ਜੇ ਮੁੰਡਾ ਕੋ 25-30 ਸਾਲ ਉਮਰ ਦਾ ਕਿਸਾਨ ਆ। ਉਹਦੀ ਅੱਖ ਦੇ ਉਹ ਜਿਹੜਾ ਲੈਂਸ ਪਾਇਆ ਗਿਆ। ਉਹ ਲੈਂਸ ਦੀ ਡੇਟ ਐਕਸਪਾਇਰੀ ਲੰਘ ਚੁੱਕੀ ਸੀ। ਹੁਣ ਉਹ ਲੱਗਣ ਤੋਂ ਬਾਅਦ ਉਹਦੀ ਸਾਰੀ ਅੱਖ ਸੁੱਜੀ ਪਈ। ਕਹਿੰਦੇ ਜ਼ਹਿਰ ਫੈਲ ਗਿਆ। ਇਹ ਹੋ ਸਕਦਾ ਸਾਰੀ ਉਮਰ ਨੂੰ ਅੰਨ ਨੂੰ ਅੱਖਾਂ ਤੋਂ ਦਿਸੇ ਨਾ। ਤੇ ਜੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਚ ਵੀ ਇਹ ਕੁਝ ਹੁੰਦਾ ਪਿਆ ਤੇ ਅਸੀਂ ਬਾਕੇ ਆ ਤੁਹ ਕੀ ਆਸ ਰੱਖਾਂਗੇ। ਇਹਦਾ ਮਤਲਬ ਇਹ ਆ ਦੇ ਭਾਰਤ ਵਿੱਚ ਗੱਲਾਂ ਬਹੁਤ ਹੋ ਰਹੀਆਂ ਨੇ ਇਹੋ ਜਿਹੇ ਨੇ ਗਲਤੀਆਂ ਨੇ ਉਹਨਾਂ ਰੋਕਿਆ ਨਹੀਂ ਜਾ ਰਿਆ ਜੇ ਇਹੋ ਜੇ ਸਿਖਰਲੇ ਪੱਦਰ ਦੇ ਜਿਹੜੇ ਹਸਪਤਾਲ ਨੇ ਜਿਨ੍ਹਾਂ ਤੇ ਭਾਰਤ ਸਰਕਾਰ ਭਾਰਤ ਦੇਸ਼ ਤੇ ਭਾਰਤ ਦੇ ਲੋਕ ਮਾਣ ਕਰਦੇ ਇੱਕ ਸਾਡੇ ਕੋਲ ਜੇ ਉਹੋ ਜੇ ਹਸਪਤਾਲਾਂ ਵਿੱਚ ਵੀ ਆ ਕੁਝ ਵਾਪਰ ਜਾਂਦਾ ਤੇ ਲੋਕ ਜਾਣ ਕੇ ਕਿੱਥੇ ਜੀ ਜੇ ਹੋਰ ਕੋਈ ਵੀ ਗੱਲ ਹੋਏ ਤੇ ਸੁਪਰੀਮ ਕੋਰਟ ਵੀ ਹਰ ਗੱਲ ਤੇ ਕਹਿੰਦੀ ਆਲਣਾ ਮੈਡੀਕਲ ਸੈਕਿਉਰਿਟੀ ਨੂੰ ਕੇਸ ਦੇ ਉੱਥੇ ਆਲ ਇੰਡੀਆ ਮੈਡੀਕਲ ਇਸਟਰੀ ਜਰਨੀ ਐਕਸਪਾਇਰ ਡੈਟ ਵਾਲਾ ਡੇਟ ਵਾਲਾ ਲੈਂਜਾ ਉਹ ਚੁੱਕ ਕੇ ਤੇ ਉਹਨੂੰ ਕਿਸਾਨ ਨੂੰ ਲਾਤਾ ਜਵਾਨ ਕਿਸਾਨ ਦੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੰਦੀ ਹੈ ਇਸ ਤੋਂ ਬਾਅਦ ਦਿਸਦਾ ਕਿ ਜ਼ਿੰਮੇਵਾਰੀ ਦਾ ਅਹਿਸਾਸ ਘਟਾ ਜੀ ਪੰ ਸਰ ਤੁਸੀਂ ਖਬਰਾਂ 'ਚ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸੁਕੀਏ ਇਹਨਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੇਵ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ